ਐ ਭਾਈ ਦੇ ਮੈਜਿਕ ਮਸਾਲੇ ਸੌਸ ਆ ਭਾਈ ਦੇ ਆ ਮੈਂ ਚਲੋ ਰੁਕ ਜਾ ਮੋਣ ਇਹ ਮੂੰਹ ਮੇਂ ਲੱਡੂ ਫੂਟਾ ਮਨ ਮੇਂ ਲੱਡੂ ਫੂਟਾ ਮੂੰਹ ਮੇਂ ਲੱਡੂ ਫੂਟਾ ਹਾਂ ਹਾਂ ਮੈਂ ਇਹਨਾਂ ਕੋਲ ਗ੍ਰੇਵੀ ਲਓ ਜੀ ਆਪਣਾ ਇੱਧਰ ਕੁੱਲੜ ਵਾਲਾ ਦੁੱਧ ਚੈੱਕ ਕਰਾਂਗੇ ਕਿਹੜਾ हेलो गाइस वेलकम बैक टू माय चैनल आई होप ती सारे जन कैंड होगे असीं भी कैंड ते गाइस अज ता मैं ती थंबनेल तो टाइटल तो देख लेना अज मैं तुहानू किथे लैके चलना अज मैं लैके चलना तुहानू अमृतसर दा चार पांच फूड है ओ भी रात नू खुले हुंदे आ ते उत्थे लैके चलना अमृतसरी कुलचा हो गया सारा कुछ मिलदा उत्थे तुहानू उत्थे खड़दे आ ओ भी रात दे टाइम जिद्दा अन जिद्दा 24 आर्ट्स खुले हुंदे आ तीन चार लोकेशनां हैगियां ते आ जाओ फिर चलदे आ ते यार मैसेज बड़े आंदे दिखाओ रात दा तो नाइट नाइट फूड लैके आ गया कितों कितों मिलता आज फिर चलिए लो जी भाजी हम पहुँच चुके हैं तो इधर 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 वो भाई की हाल जी भाई दी चटनी बड़ी घैंट होंदी जी अंब वाली ना ओके अंब वाली तो किहड़े किहड़े गोल गप्पे खाने भाई को एक थाली लवाने आ थाली पहली आइटम अपनी फर्स्ट वो भी रात दे किन्ने बज गए 11 साढ़े 11 हो गए ने दही आले गोल गप्पे लगते पे सब तो बेस्ट सानू भाजी उन्हां दे गोल गप्पे लगते तो चलो जी पहलो अपने दही वाले गोल गप्पे आ गए जी आ टेस्ट मैं रोज खाना भरावा ना बाय गान जी यार मिल दे खा दे एंड 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 इन दे लो जी कांजियां कुंजियां पी गए हम भाजी हूं चले हम तो जी लोकेशन ठीक है जी आज लोकेशन है यार आ इधर अपना जले वाला बाग नेड़े भाजी होना की रेहड़ी लगती जी इन्ना तो भाजी अपनी टाइमिंग दस दो यार माड़ी जी हाँ जी टाइमिंग शामी 7 बजे तो लैके राती 3 बजे तक राती 3 बजे तक ठीक है हम दूजी लोकेशन से पहुंच चुके हैं हम कितने पहुंचे भाजी आप चंपा वाले वो भी किन्ने बज गए 11 बज गए हम दूजी लोकेशन से पहला लाइन लवांगे पहली लाइन आयो चलो रुक जाओ मोन ते गाइस अपनियां चांपा आ चुकी हैं टाइम तो हो गया अपने 12 बज गए इधर माली रोटी इधर माली रोटी आ गई और खाने हैं ठीक है जी आयो भाई ते लो जी इधर अपना अमृतसरी कुलचा रात दे 12:30 बजे ओ मनी रात 12:30 बजे बाबू भाजी तू क्या बोला है जोर जोर ना अमूल अमूल मक्खन अपना अमूल मक्खन वाला अमृतसरी स्पेशल कुलचा अमूल का मक्खन पा गए वाह अमृतसरी कुलचे सारा जिन्ना जी फूड है ना तुहानू 3 बजे तक भी मिल सकदा जी दरबार साहब गोल्डन टेंपल लागे इधर मक्खन ते ऐ पिघलदा पिया वा जिदा पानी भी ਉਹ ਨਾ ਨਾ ਗਰਮ ਪਾਣੀ ਕੋ ਸੋਚ ਲੋ ਭਜਾਵਾ ਤਾਂ ਨਹੀਂ ਦੀ ਬਰਫ ਦੇ ਵਿੱਚੋਂ ਕਿਹਦੇ ਵਿੱਚੋਂ ਐਸਕ੍ਰੀਮ ਤੇ ਲੱਗਦੀ ਹੋਵੇ ਮੂੰਹ ਦੇ ਵਿੱਚੋਂ ਇੱਧਰ ਚੈੱਕ ਕਰਿਓ ਓਏ ਹੋਏ ਹਾਏ ਸਟਫਿੰਗ ਚੈੱਕ ਕਰੋ ਨਾ ਜੀ ਪਨੀਰ ਓ ਮਾਈ ਗੋਡ ਯਾਰ ਪਹਿਲੇ ਨੰਬਰ ਤੇ ਪਨੀਰ ਹੋ ਗਈ ਆਲੂ ਵਾਲੇ ਕੁਲਚੇ ਦੀ ਤੇ ਚਨੇ ਵੇ ਸੱਦੇ ਇੱਧਰ ਚਟਨੀ ਹੋਏ ਬਹੁਤੀ ਐਂਡ ਬਣਾਈ ਇਹਨਾਂ ਨੇ ਮੈਂ ਯਾਰ ਇੱਧਰ ਥੋੜਾ ਖਾ ਕੇ ਦੇਖੂ मैं भी खा लेना मन में लड्डू फूटा वेरी टेस्टी हां मक्खन जे तरीके के जान जे ना कुलचे तो यही सारा एंड है वेरी टेस्टी ऐदा मुंह लाना ठीक नहीं ओए
ਮੈਂ ਕਈ ਸਪੈਸ਼ਲ ਆਪਣੇ ਉਸਤਾਦ ਜੀ ਹੋਣਾਂ ਨੂੰ ਵੇ ਮੈਂ ਨਹੀਂ ਦੱਸਣੀ ਕੜੀ ਐਵੇਂ ਮੈਂ ਦੱਸਾਂ ਹਰ ਚੀਜ਼ ਮੇਰੀਆਂ ਵੀ ਕੋਈ ਵਧੀਆ ਸਪੈਸ਼ਲ ਚੀਜ਼ਾਂ ਆਈਆਂ ਬਣ ਕੇ ਠੀਕ ਹੈ ਭਾਅ ਜੀ ਕਿੱਧਰ ਯਾਰ ਅਸੀਂ ਕਰਦੇ ਹਾਂ ਅੰਮ੍ਰਿਤਸਰੀ ਕੁਲਚਾ ਇੰਜੋਏ ਗਰਮ ਗਰਮ ਲਾਲੀ ਮੂੰਹ ਤੇ ਠੀਕ ਆ ਚਲੋ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਇੱਧਰ ਬਾਬਾ ਜੀ ਖਵਾਓ ਪਿਆਓ ਫਿਰ ਐਕਸ਼ਨ ਮਾਰੋ ਤੁਸੀਂ ਆਪਣਾ ਇੱਧਰ ਆ ਗਿਆ ਹੋਣਾ ਬਾਬਾ ਜੀ ਲਓ ਜੀ ਯਾਰ ਬੰਦਰ ਆਵਾ ਸਾਡੇ ਦੁੱਧ ਬਾਬਾ ਜੀ ਘੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਏ ਨੇ ਸਾਡੇ ਮੇਰੇ ਛੋਟੇ ਵੀਰ ਜੀ ਆਏ ਨੇ ਬਾਬਾ ਸੈਂਡਵਿਚ ਵਾਲੇ ਤੇ ਲਓ ਜੀ ਆਪਣਾ ਇੱਧਰ ਕੁੱਲੜ ਵਾਲਾ ਦੁੱਧ ਚੈੱਕ ਕਰਾਂਗੇ ਕਿਹੜਾ ਕੁੱਲੜ ਹਾਂ ਪਹਿਲਾਂ ਹੀ ਇਹ ਪੀ ਵੀ ਸਕਦੇ ਨੇ ਖਾ ਵੀ ਸਕਦੇ ਕਿੱਦਾਂ ਖਾਣਾ ਤੇ ਪੀਣਾ ਕਿੱਦਾਂ ਅੱਛਾ ਇੱਦਾਂ ਖਾਈਦਾ ਇੱਦਾਂ ਪੀਦਾ ਵੇਖੋ ਅੱਜ ਲੰਗਰ ਹਾਲ ਦੇ ਬੈਕ ਸਾਈਡ ਸੱਤ ਨੰਬਰ ਦੁਕਾਨ ਆਪਣੇ ਥੱਲੇ ਲਾਲ ਸਿੰਘ ਕੇਸਰੀਆ ਦੁੱਧ ਓਕੇ ਜੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦਰਬਾਰ ਸਾਹਿਬ ਆ ਕੇ ਦੁੱਧ ਨੀ ਨਾ ਪੀਤਾ ਕੁਛ ਵੀ ਨੀ ਪੀਤਾ ਬਸ ਓਕੇ ਜੀ ਹੁਣ ਤੁਸੀਂ ਤਾਂ ਪੀਓ ਕਿੱਦਾਂ ਦਾ ਭਾਈ ਤੇ ਭਾਅ ਜੀ ਨੇ ਵੀ ਇੱਥੇ ਪੀਣ ਆਏ ਨੇ ਕਿੱਦਾਂ ਲੱਗਾ ਭਾਅ ਜੀ ਬਹੁਤ ਵਧੀਆ ਜੀ ਕਿੱਥੋਂ ਆਏ ਛਾੜਿਓ ਕਿੱਥੋਂ ਆਏ ਭਾਈ ਤੁਸੀਂ ਮੈਂ ਛਾੜਿਓ ਆਇਆ ਵੀ ਜੀ ਤੁਸੀਂ ਠੀਕ ਆ ਜੀ ਤੇ ਹੁਣ ਦੁੱਧ ਪੀ ਕੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਹੋਰ ਕੁਝ ਕਹਿਣਾ ਚਾਹੋਗੇ ਨਹੀਂ ਜੀ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਬਾਬਾ ਜੀ ਕੋ ਵੱਧ ਤੋਂ ਵੱਧ ਸੰਗਤ ਆਵੇ ਤੇ ਦੁੱਧ ਦਾ ਨਜ਼ਾਰਾ ਲਵੇ ਆਣ ਕੇ ਜੀ ਓਕੇ ਜੀ ਤੇ ਭਾਅ ਜੀ ਹੁਣ ਅਗਲਾ ਤੁਸੀਂ ਵੇਖ ਸਕਦੇ ਜੀ ਅੱਧਾ ਹੋ ਗਿਆ ਤੇ ਗਾਇਸ ਹੁਣ ਮੈਂ ਟੇਸਟਿੰਗ ਕਰੂੰਗਾ ਦੁੱਧ ਦੀ ਆਰਾਮ ਦਾ ਜੀ ਦੁੱਧ ਸਾਰੀ ਦਿਹਾੜੀ ਕੜੀ ਜਾਵੇ ਪੀਓ ਪੀਓ ਗਾਇਸ ਉੱਥੋਂ ਖਾ ਪੀ ਕੇ ਘਰ ਆ ਗਏ ਸੀ ਯਾਰ ਤੁਹਾਨੂੰ ਅੱਜ ਦੀਆਂ ਲੋਕੇਸ਼ਨਾਂ ਕਿੱਦਾਂ ਦੀਆਂ ਲੱਗੀਆਂ ਅਤੇ ਉੱਥੇ ਉੱਥੇ ਸ਼ੇਅਰ ਕਰ ਦਿਓ ਜਿੱਥੇ ਸਾਰੇ ਜਾਣੀ ਕਹਿੰਦੇ ਬਹੁਤ ਗਾਇਸ ਖਾ ਪੀ ਕੇ ਘਰ ਆ ਗਈ ਸੀ ਯਾਰ ਟਿੱਟ ਟੁੱਟ ਭਰ ਗਿਆ ਜੀ ਅਤੇ ਇਹ ਹੀ ਦੱਸਦੇ ਪਹਿਲਾਂ ਗੋਲ ਗੱਪੇ ਖਾਧੇ ਫਿਰ ਕਿੰਨਾ ਕੁਛ ਖਾਧਾ ਸੀ ਯਾਰ ਉਹ ਵੀ ਕਿੰਨੇ ਕਿ ਉਹ ਵੀ ਰਾਤ ਨੂੰ ਵੀ ਅੰਮ੍ਰਿਤਸਰੀ ਕੁਲਚਾ ਅਤੇ ਗਾਇਸ ਮਜ਼ਾ ਆ ਗਿਆ ਸਾਨੂੰ ਤਾਂ ਤੁਹਾਨੂੰ ਵੀ ਮਜ਼ਾ ਆਇਆ ਲਾਈਕ ਮੈਂ ਸ਼ੇਅਰ ਕਰ ਦਿਓ ਅਤੇ ਆਪਣੇ ਉਹ ਵਾਲੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਜਿਹੜੇ ਕਹਿੰਦੇ ਰਾਤ ਦਾ ਫੂਡ ਅੰਮ੍ਰਿਤਸਰ ਦਾ ਕਿੱਥੇ ਮਿਲਦਾ ਅਤੇ ਤੁਹਾਨੂੰ ਸਾਰਾ ਵਲੋਗ ਦਿਖਾਇਆ ਲੋਕੇਸ਼ਨ ਦੱਸੀ ਹੋਈ ਆ ਅਤੇ ਜਾ ਕੇ ਤੁਸੀਂ ਵੀ ਟਰਾਈ ਕਰਿਓ ਅਤੇ ਆਪਾਂ ਮਿਲਦੇ ਤੁਹਾਨੂੰ ਕਿਸੇ ਨੈਕਸਟ ਹੋ ਜਾਵੇ ਵੀਡੀਓ 'ਚ ਟਿੱਲ ਐਂਡ ਟੇਕ ਕੇਅਰ ਬਾਏ ਬਾਏ।